ਤੇਰਾ ਪਰਾਂ ਬੈਠੀ ਆ ਫੇਰ ਇਹ ਚੱਕਰ ਮੈਂ ਦੇਖੀ ਦੇਸ਼ ਛੋਟ ਕਿਹੜਾ ਜਾ ਕੇ ਬੈਠੀ ਆ ਦੰਦ ਪਾੜਾ ਰੱਖ ਗਾ ਦਾ ਜਾਂ ਫਿਰ ਉਹ ਕਿਤੋਂ ਸਟੀਸੀ ਹੋ ਰਹੀ ਆ ਰੋਠਾ ਗੁਣ ਸਾ ਕੋਈ ਬਚੋ ਲੱਭਣ ਕਰ ਰਿਸ਼ਤਾ ਲੈ ਕੇ ਗਿਆ ਤਾ ਨਹੀਂ ਮਜ਼ਾਕ ਵਾਲੀ ਬਾਤ ਨਹੀਂ ਹੈ ਕੋਈ ਛੋਟੀ ਮੋਟੀ ਬਾਤ ਥੋੜ੍ਹੀ ਆ ਯਾਰ 136 ਕਰੋੜ ਦਾ ਐਡਾ ਦੇਸ਼ ਪੜਿਆ ਕੀ ਕਮੀ ਹੈ ਉਰਾ ਜੋ ਤੁਹਾਨੂੰ ਦੂਸਰਾ ਦੇਸ਼ ਮੈਂ ਵਿਆਹ ਲੱਗ ਰਿਹਾ ਕਰਨ ਔਰ ਉਹ ਵੀ ਉਸ ਦੇਸ਼ ਮਾਂ ਜਿਸ ਨੇ ਅੱਜ ਤੱਕ ਆਪਣਾ ਦੇਸ਼ ਕਾ ਨੁਕਸਾਨ ਤੋਂ ਇਲਾਵਾ ਔਰ ਕੁਛ ਕਰਿਆ ਹੀ ਨਹੀਂ ਹੈ ਪਰ ਖੈਰ ਇਹ ਬਾਤ ਤਾਰਾ ਵਰਗੇ ਵੱਡੇ ਬੰਦੇ ਨੂੰ ਥੋੜ੍ਹੀ ਸਮਝ ਆਵੇਗੀ ਕਿਉਂਕਿ ਤਾਰਾ ਕੌਣ ਸਾ ਕੋਈ ਘਰ ਕਾ ਬੰਦਾ ਬੋਰਡਰ ਪਰ ਖੜਿਆ ਇਸ ਚੀਜ਼ ਕਾ ਬਾਰੇ ਮੈਂ ਆਪਣਾ ਦੇਸ਼ ਕੇ ਜਵਾਨਾਂ ਤੋਂ ਪੁੱਛ ਕੇ ਦੇਖੋ ਜਿਨ੍ਹਾਂ ਨਾ ਚੈਨ ਤਾਂ ਸੁਣ ਦਿੰਦੇ ਨਾ ਚੈਨ ਤਾਂ ਖਾਣ ਦਿੰਦੇ ਜਿਨਕੀ ਅੱਖਾਂ ਕਾ ਸਾਹਮਣੀ ਉਨਕੇ ਦੋਸਤਾਂ ਕੇ ਚਿਥੜੇ ਚਿਥੜੇ ਕਰਦੇ ਆ ਹੁਣ ਤਾਂ ਪੁੱਛ ਕੇ ਦੇਖੋ ਉਨਕਾ ਅੰਦਰ ਕਿਤਨਾ ਜ਼ਹਿਰ ਆ ਅਰੁਣ ਮਾਂ ਬਾਪਾਂ ਤਾਂ ਅਰੁਣ ਬਾਈ ਭੈਣਾਂ ਤਾਂ ਪੁੱਛ ਕੇ ਦੇਖੋ ਜਿਨਕੇ 20-22 ਸਾਲ ਕੇ ਛਰੀਟ ਤਿਰੰਗਾ ਮੱਲੀ ਪਟਕਾ ਜਾਂ ਕਦੀ ਕਦੀ ਤੋਂ ਲਾਸ ਵੀ ਨਹੀਂ ਆਉਂਦੀ ਹੈ ਕਦੀ ਸਿਰ ਨਹੀਂ ਆਉਂਦਾ ਤੋ ਕਦੀ ਇਤਨੇ ਇਤਨੇ ਟੁਕੜੇ ਆਵਾਂ ਉਨਕਾ ਲਵਾ ਬੈਠ ਕਾ ਉਨਕਾ ਦਰਦ ਮਹਿਸੂਸ ਕਰਕੇ ਦੇਖੋ ਤੁਹਾਨੂੰ ਪਤਾ ਲੱਗੇਗਾ ਉਨਕਾ ਇੱਕ ਇੱਕ ਅੰਸੂ ਵੀ ਆਗ ਬਣ ਕੇ ਲਿਗੜਾ ਕਰ ਥਮ ਰਹਿ ਗਏ ਆਸ ਕੀ ਕਰਨ ਨਾ ਆਪਣੀ ਉਂ ਵੀ ਕਿਸੇ ਗੇਲਾ ਗਾਮ ਗਲੀ ਮੈਂ ਥੋੜ੍ਹੀ ਬਹੁਤੀ ਬਹਿਸ ਹੋ ਜਾਂਦੀ ਹਾਂ ਆਪਾਂ ਉਨਕਾ ਵੀ ਨਹੀਂ ਜਾਂਦੇ ਔਰ ਜਿਸ ਕਾ ਗੇਲਾ ਆਪਣਾ ਪੂਰਾ ਦੇਸ਼ ਕੀ ਦੁਸ਼ਮਣੀ ਆ ਉਨਕਾ ਗੇਲਾ ਬਹਿਸ ਅੱਧੀ ਤੱਕ ਹੋ ਰਹੀਆਂ ਮੈਨੂੰ ਨਹੀਂ ਕਹਿੰਦਾ ਵੀ ਹਰ ਕੋਈ ਗਲਤ ਆ ਮੈਨੂੰ ਪਤਾ ਸਭ ਗਲਤ ਨਹੀਂ ਹੈ ਪਰ ਜਿਸ ਕਾ ਗੇਲਾ ਆਪਣਾ ਦੇਸ਼ ਕੇ ਰਿਲੇਸ਼ਨੋ ਸਹੀ ਨਹੀਂ ਹੈ ਇਤਨੇ ਸਾਲ ਤਾਂ ਤੋ ਕੀ ਫਾਇਦਾ ਜ਼ਰੂਰਤ ਕੇ ਆ ਮਨ ਨੂੰ ਬਾਤ ਪਿਆਰ ਦੋਸਤੀ ਹਮਦਰਦੀ ਲਗਾਵੋ ਆ ਪਰ ਸਾਲਾ ਦੇਸ਼ ਤੋਂ ਉੱਪਰ ਤੋਂ ਕੁਛ ਨਹੀਂ ਹੈ ਔਰ ਜੋ ਤੁਹਾਨੂੰ ਉਹ ਕੰਮ ਕਰੇ ਨਹੀਂ ਆ ਉਸਕੇ ਦੋ ਹੀ ਕਾਰਨ ਹੋ ਸਕਾ ਪਹਿਲਾ ਜੇ ਤੁਹਾਨੂੰ ਨੂੰ ਸੋਚ ਕੇ ਕਰਿਆ ਕਿ ਮੇਰਾ ਇਹਨੂੰ ਕਰਨ ਦਾ ਹਾਲਾਤ ਸੁਧਰ ਜਾਂਗੇ ਤੋ ਜਾਂ ਤਾਂ ਤੇਰੀ ਬਹੁਤ ਵੱਡੀ ਗਲਤ ਫਹਿਮੀ ਆ ਔਰ ਦੂਸਰਾ ਜਾਂ ਫਿਰ ਤੁਹਾਨੂੰ ਨੂੰ ਸੋਚ ਕੇ ਕਰਿਆ ਹੋਗਾ ਕਿ ਇਸ ਤੀਜੀ ਕਰਾ ਕੇ ਦੇਸ਼ ਖੜਾ ਹੋਗਾ ਦੇਸ਼ ਆਪਣੀ ਜਗ੍ਹਾ ਮੈਨੂੰ ਤਾਂ ਆਪਣਾ ਤਾਂ ਮਤਲਬ ਆਪਣਾ ਪਿਆਰ ਤਾਂ ਮਤਲਬ ਆ ਜੇ ਤੁਹਾਨੂੰ ਨੂੰ ਸੋਚ ਕੇ ਕਰਿਆ ਫਿਰ ਤੇਰੇ ਤਾਂ ਬੜਾ ਦੇਸ਼ ਦਰੋਹੀ ਵੀ ਕੋਈ ਨਹੀਂ ਹੈ।